गुड मॉर्निंग स्टूडेंट्स, आज आपां कहानीकार सुजान सिंह की कहानी है जिहड़ी सांझ ओ करनी है। तो सांझ कहानी करन तो पहला आपां राइटर बारे जाण पछाण करदे हां। तो सुजान सिंह है जिहड़ा उन्हां दा टाइम पीरियड 1909 तो लैके 1993 ईस्वी तक दा है। तो इन्हां दी माता जी का नाम श्रीमती जमुना देवी जी, तो पिता का नाम सरदार हकीम सिंह। तो सुजान सिंह ने जिहड़े ओह अजिहे कहानीकार होए ने जिन्हां ने कविता वार्तक ते स्वै जीवनी लिखी है, पर उन्हां दी जिहड़ी प्रसिद्धि है ओह कहानीकार दे तौर ते ही होई है। तो सुजान सिंह ने जिहड़े ਉਹ ਅਜਿਹੇ ਕਹਾਣੀਕਾਰ ਨੇ ਜਿਹੜੇ ਪ੍ਰਗਤੀਵਾਦ ਦੀ ਦ੍ਰਿਸ਼ਟੀਕੋਣ ਤੋਂ ਕਹਾਣੀ ਲਿਖਦੇ ਨੇ। ਤਾਂ ਇਹਨਾਂ ਦੇ ਬਹੁਤ ਸਾਰੇ ਕਾਵਿ ਸੰਗ੍ਰਹਿ ਨੇ ਦੁੱਖ ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤੇ, ਮਨੁੱਖ ਅਤੇ ਪਸ਼ੂ, ਸਭ ਰੰਗ ਨਵਾਂ ਰੰਗ, ਸਵਾਲ ਜਵਾਬ, ਸ਼ਹਿਰ ਅਤੇ ਗ੍ਰਾਂ। ਤਾਂ ਸ਼ਹਿਰ ਅਤੇ ਗ੍ਰਾਂ ਇਹਨਾਂ ਦਾ ਅਜਿਹਾ ਕਹਾਣੀ ਸੰਗ੍ਰਹਿ ਹੈ ਜਿਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੈ। ਤਾਂ ਸਾਂਝ ਕਹਾਣੀ ਕਾਹਦੀ ਹੈ? ਤਾਂ ਇਸ ਦੇ ਵਿੱਚ ਇਹ ਕਹਾਣੀ 60ਵਿਆਂ ਦੇ ਵਿਕਾਸ ਪੜਾਅ ਦੇ ਪਿਛੋਕੜ ਦੇ ਵਿੱਚ ਲਿਖੀ ਗਈ, ਭਾਵ 1950 ਜਾਂ 60 ਦੇ ਕਰੀਬ ਇਹ ਕਹਾਣੀ ਲਿਖੀ ਗਈ ਹੈ। ਤਾਂ ਇਸ ਕਹਾਣੀ ਦੇ ਵਿੱਚ ਇੱਕ ਪ੍ਰੋਫੈਸਰ ਅਤੇ ਇੱਕ ਸਾਈਕਲ 'ਤੇ ਜਾ ਰਿਹਾ ਨੌਜਵਾਨ ਅਤੇ ਇੱਕ ਬੁੱਢੀ ਮਾਤਾ, ਤਾਂ ਉਹਨਾਂ ਦੇ ਵਿੱਚ ਪਰਸਪਰ ਸਾਂਝ ਹੈ। ਸਾਂਝ ਕਾਹਦੀ? ਹਮਦਰਦੀ ਦੀ ਸਾਂਝ। ਤਾਂ ਕੀ ਹੈ ਕਿ ਇੱਕ ਪ੍ਰੋਫੈਸਰ ਅਤੇ ਸਾਈਕਲ 'ਤੇ ਚੜ੍ਹੇ ਇੱਕ ਆਮ ਪੇਂਡੂ ਨੌਜਵਾਨ ਵਿਚਕਾਰ ਹਮਦਰਦੀ ਦੇ ਜਜ਼ਬੇ ਦੁਆਰਾ ਇੱਕ ਸਾਂਝ ਦਿਖਾਈ ਗਈ ਹੈ। ਤਾਂ ਇਹ ਸਾਂਝ ਕਿਸ ਤਰ੍ਹਾਂ ਦੀ ਹੈ ਉਹ ਆਪਾਂ ਕਹਾਣੀ ਦੇ ਵਿੱਚ ਪੜ੍ਹਦੇ ਹਾਂ। ਤਾਂ ਸਾਈਕਲ 'ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫੈਸਰ ਐੱਮ.ਐੱਲ. ਮਲਹੋਤਰਾ ਨੇ ਪੈਡਲ 'ਤੇ ਪੈਰ ਰੱਖ ਕੇ ਸਾਈਕਲ ਕਾਫੀ ਤੋਂ ਜ਼ਿਆਦਾ ਚਿਰ ਰੇੜਿਆ। ਤਾਂ ਇਸ ਦੇ ਵਿੱਚ ਜਿਹੜਾ ਮੁੱਖ ਪਾਤਰ ਪ੍ਰੋਫੈਸਰ ਐੱਮ.ਐੱਲ. ਮਲਹੋਤਰਾ ਹੈ, ਤਾਂ ਉਸਨੇ ਉਹ ਸਾਈਕਲ 'ਤੇ ਜਾ ਰਿਹਾ ਹੈ, ਆਪਣੇ ਪਿੰਡ ਨੂੰ ਜਾ ਰਿਹਾ ਹੈ। ਤਾਂ ਉਸ ਨੂੰ ਦੇਖਣ ਨੂੰ ਲੱਗਦਾ ਹੈ ਕਿ ਇਸਨੇ ਜਿਹੜਾ ਸਾਈਕਲ ਹੈ ਉਹ ਨਵਾਂ ਚਲਾਉਣਾ ਸਿੱਖਿਆ ਹੈ, ਪਰ ਨਹੀਂ, ਉਹ ਸਾਈਕਲ ਚਲਾਉਣਾ ਬਹੁਤ ਟਾਈਮ ਤੋਂ ਜਾਣਦਾ ਹੈ। ਪਰ ਉਹ ਇੰਨੀ ਹੌਲੀ ਸਾਈਕਲ ਕਿਉਂ ਚਲਾ ਰਿਹਾ ਹੈ? ਕਿਉਂਕਿ ਇੱਕ ਤਾਂ ਉਹ ਬਾਜ਼ਾਰ ਦੀ ਭੀੜ ਭਾੜ ਦੇ ਵਿੱਚੋਂ ਲੰਘ ਰਿਹਾ ਹੈ, ਅਤੇ ਦੂਜਾ ਜਿਹੜੀ ਸੜਕ ਹੈ ਉਹ ਬਹੁਤ ਹੀ ਖਸਤਾ ਹਾਲ ਹੈ, ਜਿਸ ਦੇ ਕਾਰਨ ਉਹ ਹੌਲੀ ਹੌਲੀ ਆਪਣਾ ਸਾਈਕਲ ਹੈ ਜਿਹੜਾ ਉਹ ਰੇੜ ਕੇ ਲੈ ਕੇ ਜਾ ਰਿਹਾ ਹੈ। ਤਾਂ ਕਾਠੀ 'ਤੇ ਬੈਠਦਿਆਂ ਹੀ ਪ੍ਰੋਫੈਸਰ ਨੂੰ ਹੋਰ ਜ਼ੋਰ ਲਾਉਣਾ ਪਿਆ, ਕਿਉਂਕਿ ਜਿਹੜੀ ਸੜਕ ਹੈ ਉਹ ਟੁੱਟੀ ਫੁੱਟੀ ਹੈ। ਤਾਂ ਪ੍ਰੋਫੈਸਰ ਨੂੰ ਇਸ ਵਿੱਚ ਆਪਣੇ ਮੁੱਢਲੇ ਜੀਵਨ ਦੀਆਂ ਮੁਸ਼ਕਲਾਂ ਅਤੇ ਮੁਸ਼ਕਤਾਂ ਨਾਲ ਸਮਾਨਤਾ ਜਾਪੀ, ਕਿਉਂਕਿ ਪੱਕੀ ਸੜਕ 'ਤੇ ਪਹੁੰਚਦਿਆਂ ਹੀ ਉਸਦਾ ਸਾਈਕਲ ਹੈ ਜਿਹੜਾ ਉਹ ਤੇਜ਼ ਚੱਲਣ ਲੱਗ ਗਿਆ। ਤਾਂ ਇਤਿਹਾਸਕ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੀਆਂ ਪੌੜੀਆਂ ਦੇ ਲਾਗੇ ਸੰਘਣੀ ਧਰੇਕ ਦੀ ਨਿੱਕੀ ਜਿਹੀ ਹਰੀ ਭਰੀ ਛਾਂ ਹੇਠਾਂ ਕੁਝ ਮਰਦਾਵੀਆਂ ਅਤੇ ਜਨਾਨੀਆਂ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸੀ। ਤਾਂ ਜਿਉਂ ਹੀ ਕੁਝ ਸਵਾਰੀਆਂ ਉਸ ਦੀ ਪਿੱਠ ਪਿੱਛੇ ਸੜਕ ਦੇ ਖੱਬੇ ਬਣੇ ਬਣਾਏ ਬੱਸ ਸਟੈਂਡ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀਆਂ ਨੇ, ਤਾਂ ਉਹ ਉਹਨਾਂ ਦੀ ਕੋਲ ਦੀ ਲੰਘ ਜਾਂਦਾ ਹੈ। ਜਿਹੜਾ ਸਮਾਂ ਹੈ ਉਹ ਬਹੁਤ ਜ਼ਿਆਦਾ ਗਰਮੀ ਵਾਲਾ, ਜੇਠ ਹਾੜ੍ਹ ਦਾ ਜਿਹੜਾ ਜੇਠ ਦੀ ਜਿਹੜੀ ਮਹੀਨਾ ਹੈ ਉਹ ਚੱਲ ਰਿਹਾ ਹੈ। ਤਾਂ ਕੱਚੀ ਅਤੇ ਉੱਖੜੀ ਪੁੱਖੜੀ ਸੜਕ 'ਤੇ ਜ਼ੋਰ ਲਾਉਣ ਨਾਲ ਪ੍ਰੋਫੈਸਰ ਨੂੰ ਪਸੀਨਾ ਆ ਗਿਆ। ਤਾਂ ਇਸ ਥਾਂ ਤੋਂ ਫਰਲਾਂਕੂ ਬਿੱਤ ਤੱਕ ਪੱਕੀ ਸੜਕ ਦੀ ਢਲਵਾਣ ਸੀ, ਅਤੇ ਜਿਸ ਦੇ ਨਾਲ ਪ੍ਰੋਫੈਸਰ ਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ, ਕਿਉਂਕਿ ਹੁਣ ਉਸ ਨੂੰ ਜਿਹੜਾ ਜ਼ੋਰ ਹੈ ਉਹ ਘੱਟ ਲਾਉਣਾ ਪੈ ਰਿਹਾ ਹੈ। ਤਾਂ ਇਸ ਤਰ੍ਹਾਂ
ਉਹ ਆਪਣੇ ਸਾਈਕਲ ਦੇ ਉੱਤੇ ਜਾ ਰਿਹਾ ਹੈ ਤਾਂ ਰੇਲਵੇ ਦੀ ਲਾਈਨ ਪਾਰ ਕਰਕੇ ਉਸ ਫੇਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਜੇਠ ਦੀਆਂ ਧੁੱਪਾਂ ਨੇ ਕਈ ਥਾਵਾਂ ਤੋਂ ਸੜਕ ਦੀ ਲੁੱਕ ਨੂੰ ਪਿਘਲਾ ਦਿੱਤਾ ਸੀ ਭਾਵ ਕਿ ਇੰਨੀ ਜ਼ਿਆਦਾ ਗਰਮੀ ਸੀ ਤਾਂ ਕਣਕ ਸਾਹਮਿਆਂ ਜਾਣ ਤੋਂ ਮਗਰੋਂ ਵਧੇਰੇ ਵਾਹੀਆਂ ਅਣਵਾਹੀਆਂ ਪੈਲੀਆਂ ਖਾਕੀ ਮਿੱਟੀ ਉਘਾੜ ਕੇ ਮਾਨੋ ਅਕੇਤਰੇ ਮੀਂਹ ਦੀ ਉਡੀਕ ਕਰ ਰਹੀਆਂ ਸੀ ਭਾਵ ਕਿ ਜਿਹੜਾ ਸਮਾਂ ਸੀ ਉਹ ਬਹੁਤ ਜ਼ਿਆਦਾ ਖੁਸ਼ਕ ਅਤੇ ਗਰਮੀ ਵਾਲਾ ਸੀ ਤਾਂ ਇਸ ਅਜਿਹੇ ਮੌਸਮ ਦੇ ਵਿੱਚ ਪੰਛੀ ਨੇ ਜਿਹੜੇ ਉਹ ਬਹੁਤ ਹੀ ਘੱਟ ਉੱਡਦੇ ਨਜ਼ਰ ਆ ਰਹੇ ਸੀ ਤਾਂ ਅਚਾਨਕ ਮਾੜੀ ਜਿਹੀ ਖੜਖੜ ਦੀ ਆਵਾਜ਼ ਪ੍ਰੋਫੈਸਰ ਨੂੰ ਸੁਣਾਈ ਦਿੱਤੀ ਤਾਂ ਹਾਲੇ ਤੱਕ ਬਿਨਾਂ ਇੱਕ ਬੱਸ ਦੇ ਉਸ ਲਾਗੋਂ ਕੋਈ ਨਹੀਂ ਸੀ ਲੰਘਿਆ ਤਾਂ ਉਸਨੇ ਸੁੱਤੇ ਸਿੱਧ ਆਪਣੇ ਪੈਰ ਜਿਹੜੇ ਤੇਜ਼ ਮਾਰਨੇ ਸ਼ੁਰੂ ਕੀਤੇ ਤਾਂ ਅਚਾਨਕ ਇੱਕ ਸਾਈਕਲ ਸਵਾਰ ਚੀਰੇ ਵਾਲਾ ਜਿਹੜਾ ਨੌਜਵਾਨ ਪੱਗ ਵਾਲਾ ਗੱਭਰੂ ਹੈ ਉਹ ਉਸਦੇ ਕੋਲ ਦੀ ਲੰਘਦਾ ਤਾਂ ਇੱਕ ਵਾਰ ਤਾਂ ਪ੍ਰੋਫੈਸਰ ਸੋਚਦਾ ਹੈ ਕਿ ਮੈਂ ਇਸ ਚੀਰੇ ਵਾਲੇ ਨੂੰ ਦਿਖਾ ਦੇਵਾਂ ਕਿ ਉਸਦੇ ਵਿੱਚ ਵੀ ਵਲ ਹੈ ਪਰ ਨਹੀਂ ਉਹ ਉਸਦਾ ਮੁਕਾਬਲਾ ਨਹੀਂ ਕਰਦਾ ਤਾਂ ਸਾਈਕਲ ਸਵਾਰ ਉਸਦੇ ਕੋਲ ਦੀ ਲੰਘ ਰਿਹਾ ਹੈ ਤਾਂ ਉਸਨੂੰ ਸਾਈਕਲ ਚਲਾਉਂਦੇ ਚਲਾਉਂਦੇ ਯਾਦ ਆਉਂਦਾ ਹੈ ਕਿ ਕਿਵੇਂ ਇੱਕੋ ਲਾਈਨ ਵਿੱਚ ਖਿਆਲ ਉਸਦੇ ਅੱਗੇ ਪਿੱਛੇ ਜੋੜੇ ਦੋ ਪਹੀਏ ਇੱਕ ਤੇਜ਼ ਸਵਾਰੀ ਦਾ ਸਾਧਨ ਬਣ ਗਏ ਤਾਂ ਉਹ ਸਾਈਕਲ ਦੀ ਖੋਜ ਬਾਰੇ ਸੋਚਦਾ ਅਤੇ ਨਾਲੇ ਸੋਚਦਾ ਕਿ ਜਿਹੜਾ ਸਾਈਕਲ ਹੈ ਉਹ ਗਰੀਬ ਦੀ ਸਵਾਰੀ ਹੈ ਅਤੇ ਫਿਰ ਉਸਨੂੰ ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਦੀ ਜਿਹੜੀ ਖਬਰ ਹੈ ਦੇ ਵਿੱਚੋਂ ਇੱਕ ਭਾਰਤੀ ਲੀਡਰ ਦੀ ਤਕਰੀਰ ਦਾ ਇੱਕ ਫਿਕਰਾ ਯਾਦ ਆ ਜਾਂਦਾ ਕਿ ਜਿੱਥੇ ਦੂਜੇ ਦੇਸ਼ ਅਮੈਰੀਕਾ ਰੂਸ ਕੈਨੇਡਾ ਵਰਗੇ ਕਹਿੰਦੇ ਉਹਨਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਉਹਨਾਂ ਦੇ ਉਹਨਾਂ ਕੋਲ ਆਵਾਜਾਈ ਦੇ ਬਹੁਤ ਸਾਧਨ ਨੇ ਹਵਾਈ ਜਹਾਜ਼ ਨੇ ਕਾਰਾਂ ਨੇ ਬੱਸਾਂ ਨੇ ਗੱਡੀਆਂ ਨੇ ਪਰ ਕਹਿੰਦੇ ਵੀ ਸਾਡਾ ਭਾਰਤ ਹੈ ਜਿਹੜਾ ਉਹ ਹਜੇ ਸਾਈਕਲ ਯੁੱਗ ਦੇ ਵਿੱਚ ਹੀ ਪਹੁੰਚਿਆ ਹੈ ਇਹ ਕਹਾਣੀ ਉਸ ਸਮੇਂ ਦੀ ਕਹਾਣੀ ਹੈ ਜਦੋਂ ਭਾਰਤ ਦੇ ਵਿੱਚ ਸਾਈਕਲ ਵੀ ਕਿਸੇ ਕਿਸੇ ਕੋਲ ਹੀ ਹੁੰਦਾ ਸੀ ਤਾਂ ਉਹ ਸੋਚਦਾ ਕਿ ਕਿੰਨੇ ਫੀਸਦੀ ਆਦਮੀ ਹਨ ਭਾਰਤ ਦੇ ਜਿਨ੍ਹਾਂ ਕੋਲ ਸਵਾਰੀ ਲਈ ਸਾਈਕਲ ਵੀ ਨਹੀਂ ਤਾਂ ਉਹ ਸੋਚਦਾ ਕਿ ਨਹੀਂ ਉਹ ਗਰੀਬ ਨਹੀਂ ਪਰ ਉਹ ਸਾਈਕਲ ਕਾਲ ਵੀ ਤਾਂ ਭਾਰਤ ਦੀ ਗਰੀਬੀ ਦਾ ਸੂਚਕ ਹੈ ਤਾਂ ਉਹ ਸੋਚਦਾ ਹੈ ਕਿ ਦੇਖਣ ਨੂੰ ਉਹ ਇੱਕ ਪ੍ਰੋਫੈਸਰ ਹੈ ਸਾਰੇ ਲੋਕ ਉਸਦਾ ਮਾਣ ਸਨਮਾਨ ਕਰਦੇ ਨੇ ਪਰ ਉਹ ਅੱਜ ਕੱਲ੍ਹ ਦੇ ਪ੍ਰੋਫੈਸਰਾਂ ਵਰਗਾ ਪ੍ਰੋਫੈਸਰ ਨਹੀਂ ਕਿ ਜਿਸ ਦੀ ਕਿ ਜਿਹੜੀ ਸੈਲਰੀ ਹੈ ਉਹ ਬਹੁਤ ਜ਼ਿਆਦਾ ਹੋਵੇ ਤਾਂ ਇਸ ਤਰ੍ਹਾਂ ਉਸ ਨੂੰ ਭਾਰਤ ਦੀ ਗਰੀਬੀ ਦਾ ਜਿਹੜਾ ਅਹਿਸਾਸ ਉਹ ਹੁੰਦਾ ਹੈ ਤਾਂ ਦੂਜੇ ਬੰਨਿਓਂ ਇੱਕ ਬੱਸ ਆ ਰਹੀ ਸੀ ਅਤੇ ਉਸ ਦੂਰੋਂ ਹੀ ਹਾਰਨ ਵਜਾਇਆ ਸੀ ਤਾਂ ਲਾਲ ਚੀਰੇ ਵਾਲਾ ਸਾਈਕਲ ਸਵਾਰ ਸੜਕ ਤੋਂ ਥੱਲੇ ਉਤਰ ਗਿਆ ਸੀ ਅਤੇ ਉਸਨੂੰ ਵੀ ਆਪਣਾ ਸਾਈਕਲ ਹੈ ਜਿਹੜਾ ਉਹ ਨੀਚੇ ਉਤਾਰਨਾ ਪਿਆ ਅਤੇ ਨਾਲ ਹੀ ਉਹ ਅਨੁਭਵ ਕਰਦਾ ਹੈ ਕਿ ਜੇ ਉਸਦੇ ਕੋਲ ਕਾਰ ਹੁੰਦੀ ਤਾਂ ਉਸਨੂੰ ਅੱਜ ਹੱਦ ਤੱਕ ਭਾਵ ਇਹ ਬੇਇੱਜ਼ਤੀ ਜਾਂ ਉਸਨੂੰ ਆਪਣਾ ਸਾਈਕਲ ਹੇਠਾਂ ਨਾ ਉਤਾਰਨਾ ਪੈਂਦਾ ਤਾਂ ਉਹ ਜਿਹੜਾ ਸਾਈਕਲ ਸਵਾਰ ਹੈ ਉਹ ਜਾ ਰਿਹਾ ਹੈ ਤਾਂ ਇੱਕ ਤੀਵੀਂ ਦਾ ਬੁੱਤ ਉਸਨੂੰ ਸੜਦੇ ਘੱਟੇ ਦੇ ਵਿੱਚ ਤੁਰਦਾ ਦਿਸ ਰਿਹਾ ਹੈ ਜਦੋਂ ਸਾਈਕਲ ਸਵਾਰ ਉਸਦੇ ਕੋਲ ਦੀ ਲੰਘ ਰਿਹਾ ਹੈ ਤਾਂ ਉਹ ਬੁੱਢੀ ਤੀਵੀਂ ਉਸਨੂੰ ਕਹਿ ਰਹੀ ਹੈ ਕਿ ਮੈਨੂੰ ਤੂੰ ਲੈ ਜਾ ਤਾਂ ਅੰਦਾਜ਼ੇ ਤੋਂ ਪ੍ਰੋਫੈਸਰ ਨੂੰ ਲੱਗਦਾ ਹੈ ਕਿ ਤੀਵੀਂ ਨੇ ਕੁਛ ਉਸ ਨੌਜਵਾਨ ਨੂੰ ਕਿਹਾ ਸੀ ਪਰ ਉਸਨੇ ਉਸਨੂੰ ਨਜ਼ਰ ਅੰਦਾਜ਼ ਕੀਤਾ ਹੈ ਤਾਂ ਸਾਈਕਲ ਸਵਾਰ ਝੱਟ ਹੀ ਤੀਵੀਂ ਤੋਂ ਦੂਰ ਲੰਘ ਚੁੱਕਾ ਸੀ ਅਤੇ ਹੁਣ ਪ੍ਰੋਫੈਸਰ 2 ਕੁ ਮੀਲ ਪੈਂਡਾ ਕਰ ਚੁੱਕਾ ਸੀ ਉਸਦੇ ਸਵੇਰੇ ਹੀ ਸ਼ੇਵ ਕੀਤੀ ਤਿੱਖੀ ਠੋਡੀ ਤੋਂ ਪਸੀਨਾ ਵਗ ਤੁਰਿਆ ਸੀ ਪਰ ਜਦੋਂ ਉਹ ਲੰਘ ਜਾਂਦਾ ਹੈ ਤਾਂ ਉਸ ਨੂੰ ਉਸ ਤੀਵੀਂ ਪ੍ਰਤੀ ਹਮਦਰਦੀ ਦੀ ਭਾਵਨਾ ਹੈ ਜਿਹੜੀ ਉਹ ਜਾਗ ਜਾਂਦੀ ਹੈ ਅਤੇ ਉਸ ਤੀਵੀਂ ਕੋਲ ਦੁਬਾਰਾ ਮੁੜ ਕੇ ਜਾਂਦਾ ਹੈ ਉਸਨੂੰ ਉਹ ਸਾਈਕਲ ਸਵਾਰ ਪੱਥਰ ਦਿਲ ਜਾਪਦਾ ਹੈ ਪਰ ਚੰਗਾ ਤਾਂ ਉਹ ਆਪ ਵੀ ਨਹੀਂ ਸੀ ਜੋ ਇੱਕ ਮੁਹਤਾਜ ਨੂੰ ਮੁਸ਼ਕਲ ਵੀ ਛੱਡ ਕੇ ਅਗਾਂਹ ਲੰਘ ਗਿਆ ਸੀ ਉਸਨੂੰ ਆਪਣੀ ਗਲਤੀ
ਠੀਕ ਕਰਦਿਆਂ ਖੁਸ਼ੀ ਪ੍ਰਤੀਤ ਹੋ ਰਹੀ ਸੀ ਕਿਉਂਕਿ ਉਹ ਦੁਬਾਰਾ ਉਸ ਜਨਾਨੀ ਦੀ ਸਹਾਇਤਾ ਲਈ ਜਾ ਰਿਹਾ ਸੀ। ਤਾਂ ਉਸਨੇ ਮਾਈ ਕੋਲ ਜਾ ਕੇ ਮਾਈ ਨੂੰ ਪੁੱਛਿਆ ਕਿ ਮਾਈ ਕਿੱਥੇ ਜਾਣਾ ਹੈ। ਤਾਂ ਮਾਈ ਨੇ ਦੱਸਿਆ ਕਿ ਮੈਂ ਸਹੇੜੇ ਜਾਣਾ ਹੈ। ਸਹੇੜਾ ਕਿੱਥੇ ਹੈ? ਉਹ ਕਹਿੰਦੀ ਵੀ ਬਾਗਾਂ ਵਾਲੇ ਦੇ ਗੈਲ 3 ਕੋਹ ਹੈ। ਤਾਂ ਪ੍ਰੋਫੈਸਰ ਨੇ ਸਮਝਿਆ ਸੀ ਕਿ ਮਾਈ ਨੇ ਉਸੇ ਸ਼ਹਿਰ ਜਾਣਾ ਹੈ ਜਿੱਥੇ ਉਸਨੇ ਜਾਣਾ ਹੈ, ਪਰ ਮਾਈ ਨੇ ਜਿੱਥੇ ਜਾਣਾ ਸੀ ਉਹ ਪ੍ਰੋਫੈਸਰ ਦੇ ਸ਼ਹਿਰ ਤੋਂ 9 ਮੀਲ ਹੋਰ ਦੂਰ ਸੀ। ਤਾਂ ਉਸਨੂੰ ਲੱਗਿਆ ਕਿ ਮਾਈ ਨਾ ਕਰ ਦੇਵੇਗੀ ਕਿ ਉਸਨੇ ਤਾਂ ਦੂਰ ਜਾਣਾ ਹੈ, ਪਰ ਮਾਈ ਨੇ ਕਿਹਾ ਕਿ ਉਹ ਜਿੱਥੇ ਤੱਕ ਜਾਵੇਗਾ ਉਸਨੂੰ ਉੱਥੇ ਤੱਕ ਹੀ ਲੈ ਜਾਵੇ। ਤਾਂ ਇਸ ਤਰ੍ਹਾਂ ਉਹ ਪ੍ਰੋਫੈਸਰ ਹੈ ਜਿਹੜਾ ਉਸ ਮਾਈ ਨੂੰ ਆਪਣੇ ਸਾਈਕਲ ਦੇ ਉੱਤੇ ਬਿਠਾ ਲੈਂਦਾ ਹੈ, ਅਤੇ ਉਸ ਮਾਈ ਦਾ ਜਿਹੜਾ ਥੈਲਾ ਹੈ ਹੱਥ ਚੱਕਿਆ ਉਸ ਨੂੰ ਕੈਰੀਅਰ 'ਤੇ ਅੱਗੇ ਹੈਂਡਲ ਦੇ ਉੱਤੇ ਲਮਕਾ ਲੈਂਦਾ ਹੈ ਅਤੇ ਮਾਈ ਨੂੰ ਕੈਰੀਅਰ 'ਤੇ ਬਿਠਾ ਲੈਂਦਾ ਹੈ। ਤਾਂ ਇਸ ਤਰ੍ਹਾਂ ਉਹ ਮਾਈ ਨੂੰ ਨਾਲ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਹੜੀ ਮਾਈ ਹੈ ਉਹ ਬਹੁਤ ਗਰੀਬ ਹੈ, ਤਾਂ ਉਹ ਪਿੰਡ ਦੇ ਲੋਕਾਂ ਦੁਆਰਾ ਕੁਝ ਦੇਣ 'ਤੇ ਖਾ ਲੈਂਦੀ ਹੈ, ਪਰ ਮੰਗਦੀ ਉਹ ਲੋਕਾਂ ਤੋਂ ਨਹੀਂ ਹੈ। ਤਾਂ ਇਸ ਤਰ੍ਹਾਂ ਉਹ ਆਪਣਾ ਜਿਹੜਾ ਦਿਨ ਹੈ ਉਹ ਬਹੁਤ ਹੀ ਮਾੜਾ ਟਾਈਮ ਗੁਜ਼ਾਰ ਰਹੀ ਹੈ। ਤਾਂ ਕਿਸੇ ਤਰ੍ਹਾਂ ਪ੍ਰੋਫੈਸਰ ਦੇ ਦਿਲ ਵਿੱਚ ਇਹ ਜਾਣਦਿਆਂ ਵੀ ਕਿ ਉਹ ਕਿਸ ਦੇ ਲਈ ਕਿਸੇ ਤਰ੍ਹਾਂ ਵੀ ਲਾਭਦਾਇਕ ਨਹੀਂ ਹੋਵੇਗੀ, ਇਹ ਸ਼ੁਭ ਭਾਵਨਾ ਉੱਠੀ ਕਿ ਉਸ ਨੂੰ ਆਪਣੇ ਘਰ ਹੀ ਲੈ ਜਾਵੇ, ਪਰ ਇਸ ਸੋ ਵਿੱਚਿਆ ਉਸਦੇ ਵੱਡੇ ਟੱਬਰ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਰਹਿ ਗਈ। ਤਾਂ ਉਹ ਚਾਹੁੰਦਾ ਸੀ ਕਿ ਉਹ ਉਸ ਮਾਈ ਨੂੰ ਆਪਣੇ ਘਰ ਲੈ ਜਾਵੇ, ਪਰ ਉਸਦੀ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਸੀ ਕਿ ਉਸ ਮਾਈ ਦਾ ਨੂੰ ਆਪਣੇ ਘਰ ਲਿਜਾ ਸਕੇ। ਤਾਂ ਇਸ ਤਰ੍ਹਾਂ ਉਸ ਦੇ ਮਨ ਦੇ ਵਿੱਚ ਇੱਕ ਸ਼ਸ਼ੋ ਪੰਜ ਹੈ ਜਿਹੜੀ ਉਹ ਚੱਲ ਰਹੀ ਹੈ। ਤਾਂ ਉਸ ਕੋਲ ਇੰਨੇ ਪੈਸੇ ਵੀ ਨਹੀਂ ਕਿ ਉਹ ਮਾਈ ਨੂੰ ਕਿਰਾਇਆ ਦੇ ਕੇ ਉਸ ਨੂੰ ਉਸਦੇ ਥਾਂ ਉੱਤੇ ਪਹੁੰਚਾ ਸਕੇ, ਅਤੇ ਉਸ ਕੋਲ ਇੰਨਾ ਟਾਈਮ ਵੀ ਨਹੀਂ ਕਿ ਉਹ ਉਸ ਮਾਈ ਨੂੰ ਉਸਦੇ ਸ਼ਹਿਰ ਛੱਡ ਆਵੇ, ਕਿਉਂਕਿ ਉਸਦਾ ਕੰਮ ਉਹ ਪ੍ਰੋਫੈਸਰ ਹੈ, ਉਸਨੇ ਬੱਚਿਆਂ ਨੂੰ ਪੜ੍ਹਾਉਣਾ ਵੀ ਹੈ। ਤਾਂ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਦੁਵਿਧਾ ਦੇ ਵਿੱਚ ਫਸਿਆ ਮਹਿਸੂਸ ਕਰਦਾ ਹੈ। ਤਾਂ ਪਰ ਅਚਾਨਕ ਉਸਦੇ ਸਾਹਮਣੇ ਨੰਨੇ ਦਿਨੇਸ਼ ਦਾ ਚਿਹਰਾ ਆਣ ਖਲੋਤਾ। ਉਹ ਸੋਚਦਾ ਹੈ ਕਿ ਉਸਦੇ ਜੇਬ ਵਿੱਚ 30 ਪੈਸੇ ਨੇ ਜਿਸ ਦੇ ਨਾਲ ਉਹ ਇਸ ਮਾਈ ਦੀ ਸਹਾਇਤਾ ਕਰ ਸਕਦਾ ਹੈ, ਪਰ ਫਿਰ ਉਸਨੂੰ ਆਪਣੇ ਬੱਚੇ ਦੀ ਯਾਦ ਆ ਜਾਂਦੀ ਹੈ ਕਿ ਉਸਨੇ ਮੈਨੂੰ ਕਿਹਾ ਸੀ ਕਿ ਮੇਰੇ ਲਈ ਰਸ ਲੈ ਕੇ ਆਉਣੇ ਸੀ। ਤਾਂ ਇਹ ਕਹਾਣੀ ਗਰੀਬੀ ਦਾ ਸੂਚਕ ਹੈ। ਤਾਂ ਫਿਰ ਉਹ ਸੋਚਦਾ ਹੈ ਕਿ ਜੇ ਉਸਨੇ ਮਾਈ ਨੂੰ ਪੈਸੇ ਦੇ ਤੇ ਤਾਂ ਉਹ ਆਪਣੇ ਬੱਚੇ ਲਈ ਰਸ ਨੇ ਜਿਹੜੇ ਉਹ ਨਹੀਂ ਖਰੀਦ ਸਕੇਗਾ। ਤਾਂ ਇਸ ਤਰ੍ਹਾਂ ਉਹ ਉਸ ਮਾਈ ਨੂੰ ਲੈ ਕੇ ਜਾ ਰਿਹਾ ਹੈ। ਤਾਂ ਸ਼ਹਿਰ ਦਾ ਮੋੜ ਆ ਗਿਆ ਸੀ, ਅਤੇ ਨਾ ਚਾਹੁੰਦਿਆਂ ਵੀ ਪ੍ਰੋਫੈਸਰ ਨੇ ਕਿਹਾ ਮਾਈ ਸ਼ਹਿਰ ਆ ਗਿਆ, ਮੈਂ ਸ਼ਹਿਰ ਨੂੰ ਮੁੜ ਜਾਣਾ, ਅਤੇ ਸਾਈਕਲ ਬ੍ਰੇਕ ਲਾ ਕੇ ਰੋਕ ਦਿੱਤਾ। ਮਾਈ ਨਾ ਉਤਰੀ। ਪ੍ਰੋਫੈਸਰ ਨੇ ਔਖਿਆ ਹੋ ਕੇ ਖੜ੍ਹੇ ਸਾਈਕਲ ਤੋਂ ਅੱਗੇ ਉਹਦੀ ਆਪਣੀ ਲੱਤ ਕੱਢੀ ਅਤੇ ਉੱਤਰ ਕੇ ਮਾਈ ਨੂੰ ਉਤਾਰਿਆ। ਤਾਂ ਉਸਦਾ ਗੰਦਾ ਥੈਲਾ ਲਾ ਕੇ ਉਸਨੂੰ ਫੜਾਇਆ। ਕਮੇਟੀ ਦਾ ਚੌਂਕੀ ਦਾ ਬਾਬੂ ਘਿਰਨਾ ਭਰੀ ਨਜ਼ਰ ਨਾਲ ਉਸ ਪ੍ਰੋਫੈਸਰ ਨੂੰ ਦੇਖ ਰਿਹਾ ਸੀ ਕਿ ਬਾਗਾਂ ਵਾਲੇ ਦੀ ਬੱਸ ਮੋੜ 'ਤੇ ਆਣ ਖਲੋਤੀ। ਬੱਸ ਚਲੀ ਗਈ, ਪਰ ਪ੍ਰੋਫੈਸਰ ਨੇਕੀ ਦੇ ਮਜਬੂਰੀ ਵਿਚਕਾਰ ਝੂਟੇ ਲੈਂਦਾ ਰਿਹਾ ਅਤੇ ਆਖਰ ਮਜ਼ਬੂਰੀ ਦੇ ਹੱਥੋਂ ਹਾਰ ਗਿਆ। ਉਸ ਘਰ ਜਾਣ ਲਈ ਜਦੋਂ ਸਾਈਕਲ ਮੋੜਿਆ ਤਾਂ ਉਹ ਲਾਲ ਚੀਰੇ ਵਾਲਾ ਜਿਹੜਾ ਨੌਜਵਾਨ ਉਸਦੇ ਕੋਲ ਦੀ ਬੁੱਢੀ ਮਾਈ ਨੂੰ ਨਜ਼ਰ ਅੰਦਾਜ਼ ਕਰਕੇ ਲੰਘਿਆ ਸੀ ਉਹ ਉੱਥੇ ਉਸ ਟਾਈਮ ਪਹੁੰਚ ਜਾਂਦਾ ਹੈ, ਅਤੇ ਉਹ ਕਹਿੰਦਾ ਹੈ ਕਿ ਉਸਨੇ ਆਪਣਾ ਕੰਮ ਜਲਦੀ ਮੁਕਾਉਣਾ ਸੀ ਅਤੇ ਤਾਂ ਕਰਕੇ ਉਹ ਮਾਈ ਦੀ ਸਹਾਇਤਾ ਨਾ ਕਰ ਸਕਿਆ, ਅਤੇ ਹੁਣ ਉਹ ਦੁਬਾਰਾ ਮਾਈ ਨੂੰ ਲੈਣ ਹੀ ਆਇਆ ਹੈ। ਤਾਂ ਪ੍ਰੋਫੈਸਰ ਨੇ ਮੇਰਾ ਕੰਮ ਵੀ ਛੇਤੀ ਮੁੱਕ ਗਿਆ ਤਾਂ ਕਰਕੇ ਮੈਂ ਬਾਗਾਂ ਵਾਲੇ ਤਾਕੇ ਨੂੰ ਜਿਹੜਾ ਲੈ ਜਾਣਾ ਹੈ। ਤਾਂ ਪ੍ਰੋਫੈਸਰ ਨੇ ਆਪਣਾ ਸਾਈਕਲ ਦਾ ਸਟੈਂਡ ਲਾ ਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਸਾਈਕਲ ਦੇ ਉੱਤੇ ਬਿਠਾ ਦਿੱਤਾ, ਅਤੇ ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇੱਕੋ ਜਿਹੀ ਤੱਕਣੀ ਨਾਲ ਤੱਕਿਆ ਜਿਵੇਂ ਉਸਨੂੰ ਓਪਰਾ ਸਮਝਦਾ ਸੀ ਉਹ ਆਪਣਾ ਹੀ ਨਿਕਲ ਆਇਆ। ਪਰ ਉਹ ਕੁਛ ਮੂੰਹੋਂ ਨਾ ਬੋਲਿਆ, ਅੱਖਾਂ ਹੀ ਅੱਖਾਂ ਉਸਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ। ਤਾਂ ਇਹ ਸਾਂਝ ਕਾਹਦੀ ਸੀ ਉਹਨਾਂ ਦੇ ਵਿੱਚ? ਕਿ ਉਹ ਦੋਨਾਂ ਦੀ ਸਾਂਝ ਬੁੱਢੀ ਮਾਈ ਨਾਲ ਹਮਦਰਦੀ ਵਾਲੀ ਸਾਂਝ ਸੀ। ਤਾਂ ਜਦੋਂ ਉਹ ਨੌਜਵਾਨ
ਪ੍ਰੋਫੈਸਰ ਅੱਗੇ ਦੀ ਲੰਘਿਆ ਸੀ ਤਾਂ ਉਸ ਨੂੰ ਲੱਗਿਆ ਸੀ ਇਹ ਕਿੰਨਾ ਪੱਥਰ ਦਿਲ ਆਦਮੀ ਹੈ ਜਿਹੜਾ ਕਿ ਬੁੱਢੀ ਮਾਤਾ ਦੀ ਸਹਾਇਤਾ ਨਹੀਂ ਕਰ ਸਕਿਆ। ਪਰ ਜਦੋਂ ਉਹ ਦੁਬਾਰਾ ਸਹਾਇਤਾ ਲਈ ਆ ਜਾਂਦਾ ਹੈ ਤਾਂ ਉਹਨਾਂ ਦੇ ਵਿੱਚ ਇੱਕ ਹਮਦਰਦੀ ਦੀ ਸਾਂਝ ਹੈ ਜਿਹੜੀ ਬੁੱਢੀ ਮਾਤਾ ਲਈ, ਉਹ ਉਹਨਾਂ ਨੂੰ ਸਾਂਝਾਪਣ, ਉਹਨਾਂ ਨੂੰ ਆਪਣਾ ਆਪਣਾ ਜਿਹੜਾ ਉਹ ਮਹਿਸੂਸ ਹੋਣ ਲੱਗਦਾ। ਤਾਂ ਇਹ ਸਾਂਝ ਹੈ ਜਿਹੜੀ, ਉਹ ਹਮਦਰਦੀ ਦੀ ਸਾਂਝ ਸਾਡੇ 'ਚ ਤਾਂ ਹੀ ਹੋ ਸਕਦੀ ਹੈ ਜੇ ਸਾਡੇ 'ਚ ਇਨਸਾਨੀਅਤ ਦੀ ਭਾਵਨਾ ਹੋਵੇਗੀ। ਤਾਂ ਇਹ ਇਨਸਾਨੀਅਤ ਕੀ ਸੀ? ਪ੍ਰੋਫੈਸਰ ਮਲਹੋਤਰਾ ਅਤੇ ਉਸ ਨੌਜਵਾਨ ਦੀ, ਉਸ ਬੁੱਢੀ ਮਾਤਾ ਦੇ ਲਈ ਹਮਦਰਦੀ ਦੀ ਜਿਹੜੀ ਭਾਵਨਾ ਸੀ, ਜਿਸ ਨੇ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਅਤੇ ਨਾਲ ਹੀ ਇਹ ਕਹਾਣੀ ਭਾਰਤ ਦੀ ਗਰੀਬੀ ਦੀ ਕਹਾਣੀ ਹੈ ਕਿ ਭਾਰਤ ਹੈ ਜਿਹੜਾ ਉਹ ਉਸ ਸਮੇਂ ਸਾਈਕਲ ਯੁੱਗ ਸੀ ਅਤੇ ਕੁਝ ਕੁ ਲੋਕ ਤਾਂ ਅਜਿਹੇ ਸੀ ਕਿ ਉਹ ਸਾਈਕਲ ਵੀ ਨਹੀਂ ਖਰੀਦ ਸਕਦੇ ਸੀ, ਜਦਕਿ ਦੂਜੇ ਦੇਸ਼ਾਂ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਸੀ। ਥੈਂਕ ਯੂ।